ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਸੋ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਨਿੱਜੀ ਖੇਤਰ ਦੇ ਮੁਲਾਜ਼ਮਾਂ ਲਈ ਗੁੱਡ ਨਿਊਜ਼ ਹੈ ਸੋ ਸੇਵਾ ਮੁਕਤੀ ਦੇ ਦਿਨ ਤੋਂ ਜਿਹੜੀ ਪੈਨਸ਼ਨ ਆ ਉਹ ਦਿੱਤੀ ਜਾਏਗੀ ਸੋ ਵਿਸ਼ਵਾਸ ਪ੍ਰੋਜੈਕਟ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਡੇਲੀ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਾਂ ਦੇਸ਼ 'ਚ ਅਗਲੇ ਦਿਨਾਂ ਤੋਂ ਸਰਕਾਰੀ ਮੁਲਾਜ਼ਮਾਂ ਵਾਂਗ ਨਿੱਜੀ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਵੀ ਰਿਟਾਇਰਮ ਐਸਟੇਲੀ ਪ੍ਰੇਵਿਡੈਂਟ ਫੰਡ ਸੰਗਠਨ ਏਪੀਐਫ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਚ ਪਾਈਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਪ੍ਰੋਜੈਕਟ ਦੇ ਤਹਿਤ ਲੁਧਿਆਣਾ ਸਥਿਤ ਖੇਤਰੀ ਦਫ਼ਤਰ ਚ ਇੱਕ ਵਿਸ਼ੇਸ਼ ਟੀਮ ਹੈ ਜਿਹੜੀ ਬਣਾਈ ਗਈ ਹੈ ਇਹ ਟੀਮ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਦੇ ਦਸਤਾਵੇਜ਼ 2 ਮਹੀਨੇ ਪਹਿਲਾਂ ਹੀ ਪੂਰੀ ਕਰਵਾਏਗੀ ਰਿਟਾਇਰਮੈਂਟ ਤੇ ਉਹਨਾਂ ਨੂੰ ਪੈਨਸ਼ਨ ਸਰਟੀਫਿਕੇਟ ਦਿੱਤਾ ਜਾਵੇਗਾ ਇਸ ਪੜਾਅ 'ਚ ਸ਼ੁੱਕਰਵਾਰ ਨੂੰ April ਚ ਰਿਟਾਇਰ ਹੋਣ ਵਾਲੇ 54 ਅਦਾਰਿਆਂ ਦੇ 99 ਮੁਲਾਜ਼ਮਾਂ ਨੂੰ ਪੈਨਸ਼ਨ ਸਰਟੀਫਿਕੇਟ ਹੈ ਜਿਹੜੇ ਦਿੱਤੇ ਗਏ ادارਿਆਂ ਨੂੰ ਰਿਟਾਇਰਮੈਂਟ ਦੇ ਮਹੀਨੇ ਦੇ ਪੀਐਫ ਦਾ ਗਾਹੂ ਭੁਗਤਾਨ ਕਰਵਾਉਣਾ ਪਵੇਗਾ ਪੀਐਫ ਦਫ਼ਤਰ ਚ ਜ਼ਰੂਰੀ ਦਸਤਾਵੇਜ਼ਾਂ ਨਾਲ ਪੈਨਸ਼ਨ ਦਾਅਵਿਆਂ ਨੂੰ ਦਰਜ ਕਰਵਾਉਣਾ ਪਵੇਗਾ ਮਹੀਨੇ ਚ ਕਿੰਨੇ ਮੁਲਾਜ਼ਮ ਰਿਟਾਇਰ ਹੋ ਰਹੇ ਹਨ ਉਸ ਦੀ 15 ਤਰੀਕ ਤੋਂ ਪਹਿਲਾਂ ਉਹਨਾਂ ਨੂੰ ਈਸੀਆਰ ਇਲੈਕਟ੍ਰੋਨਿਕ ਚਲਾਨ ਕੰਮ ਰਿਟਰਨ ਦਾਖਲ ਆ ਜਿਹੜੀ ਕਰਨੀ ਪਵੇਗੀ ਇਸ ਦੌਰਾਨ ਏਪੀਐਫ ਦੇ ਐਡੀਸ਼ਨਲ ਸੈਂਟਰਲ ਕਮਿਸ਼ਨਰ ਏਸੀਸੀ ਕੁਮਾਰ ਰੋਹਤ ਚੰਡੀਗੜ੍ਹ ਖੇਤਰ ਦੇ ਕਮਿਸ਼ਨਰ ਪੀਪੀਐਸ ਮਹਿੰਗੀ ਵੀ ਸ਼ਾਮਲ ਹੋਏ ਏਸੀਸੀ ਕੁਮਾਰ ਰੋਹਤ ਨੇ ਕਿਹਾ ਕਿ ਆਜ਼ਾਦੀ ਦੇ ਅਮਰਤਾ ਮਹਾਸਭਾ ਤੇ ਪਰ ਯਾ ਸਤੋ ਵਿਸ਼ਵਾਸ ਦੇ ਦ੍ਰਿਸ਼ਟੀਕੋਣ ਚ ਇੱਕ ਕ੍ਰਾਂਤੀਕਾਰੀ ਬਦਲਾ ਏਪੀਐਫ ਉਹ ਸੇਵਾਮਾਰੀ ਸਾਡੇ ਏਪੀਐਫ ਮੈਂਬਰਾਂ ਚ ਵਿਸ਼ਵਾਸ ਵਿਕਸਿਤ ਕਰਨ ਦੀ ਇੱਕ ਕੋਸ਼ਿਸ਼ ਹੈ ਪਹਿਲੀ ਵਾਰ ਪੀਐਫਓ ਚ ਅਜਿਹਾ ਜਿਹੜਾ ਕੀਤਾ ਜਾ ਰਿਹਾ ਸੋ ਬਾਕੀ ਇਹ ਦੇ ਰਿਗਾਰਡਿੰਗ ਅੱਗੇ ਜੋ ਅਪਡੇਟਸ ਹੋਣਗੀਆਂ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਦਿਆ ਕਰੋ ਧੰਨਵਾਦ ਜੀ